ਵਿਦਿਆਰਥੀਆਂ ਦੀ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸੱਦੀ ਗਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਵਿੱਚ ਵਿਦਿਆਰਥੀਆਂ ਨਾਲ ਪਹੁੰਚੇ ਸਿਆਸੀ ਅਤੇ ਸਮਾਜਿਕ ਆਗੂਆਂ ਵਿੱਚ ਆਪਸੀ ਸਿਆਸਤ ਕਾਰਨ ਵਿਦਿਆਰਥੀਆਂ ਦੀ ਇਹ ਮੀਟਿੰਗ ਬੇਸਿੱਟਾ ਰਹੀ। ਹਾਲਾਂਕਿ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਮੀਟਿੰਗ ਵਿੱਚ ਮੌਜੂਦ ਕੁਝ ਪ੍ਰਿੰਸੀਪਲਾਂ ਵੱਲੋਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ, ਜਦੋਂ ਕਿ ਡਿਪਟੀ ਕਮਿਸ਼ਨਰ ਵੀ ਉਸ ਵੇਲੇ ਮੌਜੂਦ ਸਨ, ਜਿਸ ਦਾ ਵਿਰੋਧ ਕਰਦਿਆਂ ਉਹਨਾਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨਗੇ। ਮੇਰਾ ਨਾਮ ਲਖਵੀਰ ਵੈਰਦੀ, ਸਟੂਡੈਂਟ ਆਫ KCL IMT MBA ਦਾ ਸਟੂਡੈਂਟ ਹਾਂ ਅਤੇ ਅੱਜ ਆਪਾਂ ਕੱਲ੍ਹ ਵੀ ਆਏ ਸੀਗੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਜਲੰਧਰ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਸਾਡੀ ਮੀਟਿੰਗ ਸੀਗੀ ਅੱਜ DC ਸਾਹਿਬ ਦੇ ਨਾਲ ਅਤੇ ਇੱਥੇ ਸਾਡੀਆਂ ਮੰਗਾਂ ਵੱਲ ਕੋਈ ਵੀ ਮਤਲਬ ਧਿਆਨ ਹੀ ਨਹੀਂ ਦਿੱਤਾ ਜਾਂਦਾ ਸਟੂਡੈਂਟ ਦੀਆਂ ਮੰਗਾਂ ਵੱਲ ਅਤੇ ਜੋ ਵੀ ਅਸੀਂ ਆਪਣੀਆਂ ਮੰਗਾਂ ਦੱਸਦੇ ਹਾਂ ਇਹਨਾਂ ਨੂੰ ਅਤੇ ਉਹ ਇਗਨੋਰ ਕਰਦੇ ਆ, ਪ੍ਰਸ਼ਾਸਨ ਇਗਨੋਰ ਕਰਦਾ ਆ ਅਤੇ ਉਹ ਅਜੇ ਵੀ ਕਈ ਕਾਲਜ ਇੱਦਾਂ ਦੇ ਆ ਉਹ ਸਾਡੇ ਡਾਕੂਮੈਂਟ ਅਤੇ ਡਿਗਰੀਆਂ ਸਾਡੀਆਂ ਹੋਲਡ ਕਰਕੇ ਰੱਖਦੇ ਆ ਅਤੇ ਸਾਡੇ ਕੋਲ 50-50 ਹਜ਼ਾਰ ਰੁਪਈਆ ਦੀ ਮੰਗ ਕੀਤੀ ਜਾਂਦੀ ਆ ਅਤੇ ਜਿਹੜਾ ਇੱਕ ਗਰੀਬ ਵਰਗ ਦਾ ਸਟੂਡੈਂਟ ਆ ਜਿਹੜਾ ਕਿ ਸਵੇਰ ਤੋਂ ਕਈ ਸਟੂਡੈਂਟਾਂ ਦੇ ਜੇਬ 'ਚ ਤਾਂ ਪੈਸਾ ਵੀ ਨਹੀਂ ਹੁੰਦਾ, ਉਹ ਧੱਕੇ ਧੁੱਕੇ ਖਾ ਕੇ ਮਤਲਬ ਰੋਡਵੇ ਦੀ ਬੱਸ ਦੇ ਵਿੱਚ ਬਹਿ ਕੇ, ਪਹਿਲਾਂ ਤਾਂ ਉਹਨਾਂ ਨੂੰ ਉੱਥੇ ਟੋਰਚਰ ਕੀਤਾ ਜਾਂਦਾ ਬੱਸਾਂ ਦੇ ਵਿੱਚ, ਠੀਕ ਹੈ ਕਿ ਨਹੀਂ, ਕੁੜੀਆਂ ਨੂੰ ਟੋਰਚਰ ਕੀਤਾ ਜਾਂਦਾ ਆ, ਧੱਕੇ ਧੁੱਕੇ ਖਾ ਕੇ ਕਾਲਜ ਹੀ ਆ ਜਾਂਦੀਆਂ ਆ ਕੁੜੀਆਂ ਮੁੰਡੇ ਆਪਣੇ ਪੜ੍ਹਨ ਗਰੀਬ ਵਰਗ ਦੇ ਅਤੇ ਉਹਨਾਂ ਨੂੰ ਆ ਕੇ ਕਾਲਜ ਦੇ ਵਿੱਚ ਵੀ ਡਿਸਕ੍ਰੀਮੀਨੇਟ ਕੀਤਾ ਜਾਂਦਾ ਆ। ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਫੀਸ ਨਹੀਂ ਦੇ ਸਕਦੇ, ਤੁਸੀਂ 20-20 ਹਜ਼ਾਰ ਦੇ 15-15 ਹਜ਼ਾਰ ਦੇ ਫੋਨ ਰੱਖ ਸਕਦੇ ਆ, ਕੁੜੀਆਂ ਮੁੰਡਿਆਂ ਨੂੰ ਕਿਹਾ ਜਾਂਦਾ ਆ, ਸਟੂਡੈਂਟਾਂ ਨੂੰ ਕਿਹਾ ਜਾਂਦਾ ਆ, ਤੁਸੀਂ ਇੰਨੇ ਵਧੀਆ ਕੱਪੜੇ ਪਾ ਸਕਦੇ ਆ ਅਤੇ ਤੁਸੀਂ 40-50 ਹਜ਼ਾਰ ਰੁਪਈਆ ਫੀਸ ਨਹੀਂ ਦੇ ਸਕਦੇ। ਇਹ ਮਤਲਬ ਇਹ ਇੰਨਾ ਜ਼ਿਆਦਾ ਡਿਸਕ੍ਰੀਮੀਨੇਟ ਕਿਉਂ ਹੋ ਰਿਹਾ ਆ? ਇਹ ਤਾਂ ਫਿਰ ਲੋਕਤੰਤਰ ਰਾਜ ਹੀ ਨਹੀਂ ਹੈਗਾ, ਠੀਕ ਹੈ ਕਿ ਨਹੀਂ? ਇਹ ਇੱਥੇ ਹੀ ਨਹੀਂ, ਇਹ ਧੱਕਾਸ਼ਾਹੀ ਤਾਨਾਸ਼ਾਹੀ ਰਾਜ ਆ। ਇਹ ਸਟੂਡੈਂਟ ਦੇ ਨਾਲ ਬਹੁਤ ਹੀ ਬਦਤਮੀਜ਼ੀ ਕੀਤੀ ਜਾਂਦੀ ਆ, ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾਂਦੀ ਆ। ਕੱਲ੍ਹ ਇਹਨਾਂ ਨੇ ਬਕਾਇਦਾ ਮੇਰੇ ਨਾਲ ਇਹਨਾਂ ਨੇ ਧੱਕਮ ਧੱਕਾ ਕੀਤਾ ਇਹਨਾਂ ਨੇ, ਠੀਕ ਹੈ ਕਿ ਨਹੀਂ? ਅਤੇ ਜੇ ਇਹ ਇੱਕ ਮਾਸਟਰ ਡਿਗਰੀ ਵਾਲੇ ਸਟੂਡੈਂਟ ਦੇ ਨਾਲ ਇਹੋ ਜਿਹਾ ਵਰਤਾਓ ਕਰਦਾ ਆ ਪ੍ਰਸ਼ਾਸਨ ਜਾਂ ਕੋਈ ਮੈਨੇਜਮੈਂਟ ਇੱਦਾਂ ਦਾ ਵਰਤਾਓ ਕਰਦਾ, ਤਾਂ ਆਮ ਪਬਲਿਕ ਨਾਲ ਇਹਨਾਂ ਸਰਕਾਰੀ ਅਦਾਰਿਆਂ ਦੇ ਵਿੱਚ ਕੀ ਹੁੰਦਾ ਹੋਊਗਾ? ਅੱਜ ਮੀਟਿੰਗ ਦੇ ਵਿੱਚ ਅਸੀਂ ਗਏ ਸੀ ਜੀ, ਅੱਜ DC ਸਾਹਿਬ ਨਾਲ ਬੜੀ ਵਧੀਆ ਮੀਟਿੰਗ ਚੱਲ ਰਹੀ ਸੀ, ਕੋਈ ਹੱਲ ਵੱਲ ਨੂੰ ਨਿਕਲ ਰਹੇ ਸੀਗੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਦੋ ਪ੍ਰਿੰਸੀਪਲ, ਇੱਕ ਪ੍ਰਿੰਸੀਪਲ HMB ਕਾਲਜ ਡਾਕਟਰ ਅਜੇ ਸਰੀਨ, ਇੱਕ SK ਧਮਾਨ DAV ਕਾਲਜ ਦਾ ਪ੍ਰਿੰਸੀਪਲ, ਇਹਨਾਂ ਨੇ ਪੂਰਾ ਜਿਹੜਾ ਆ ਮਾਹੌਲ ਖਰਾਬ ਕੀਤਾ ਅੰਦਰ, ਜਿਹੜੀ ਮੈਂ ਸਮਝਦਾ ਸ਼ਹਿਰ ਦੀ ਹਾਰਮੋਨੀ ਆ, ਇਹ ਭਰਾਤਰੀ ਭਾਵ ਆ ਸਾਡਾ, ਜਿਹੜਾ ਅਸੀਂ ਮਿਲ ਜੁਲ ਕੇ ਸਮਾਜ ਰਹਿੰਦਾ ਆ, ਉਹਨੂੰ ਵੀ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਇਹ ਪਹਿਲਾਂ ਵੀ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਸਾਡੇ ਸਮਾਜ ਦੇ ਬੱਚਿਆਂ ਦੇ ਕਰਦੇ ਰਹਿੰਦੇ ਆ। ਜਦੋਂ ਇਸ ਗੱਲ ਦਾ ਅਸੀਂ ਪ੍ਰਗਟਾਵਾ CP ਸਾਹਿਬ ਮੋਰੇ DC ਸਾਹਿਬ ਮੋਰੇ ਇਹ ਗੱਲਾਂ ਰੱਖੀਆਂ, ਤਾਂ ਇਹ ਲੋਕ ਉੱਠ ਕੇ ਉਲਟਾ ਜਿਹੜਾ ਆ ਇਹ ਬੱਚਿਆਂ ਨੂੰ ਬੋਲਣ ਲੱਗ ਪਏ, ਬੱਚਿਆਂ ਨੂੰ ਮਾੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਬੱਚਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬੱਚੇ ਜਿਹੜੇ ਧਰਨਾਕਾਰੀ ਆ ਇਹ ਤਮੀਜ਼ ਨਹੀਂ, ਇਹਨਾਂ ਨੂੰ ਇਹ ਨਹੀਂ, ਇਹੋ ਜਿਹੀਆਂ ਗੱਲਾਂ ਉੱਥੇ ਹੋਈਆਂ, ਔਰ ਉਲਟਾ ਪ੍ਰਸ਼ਾਸਨ ਨੇ ਉਹਨਾਂ ਦਾ ਸਾਥ ਦਿੱਤਾ। ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਜੇ ਇਹਨਾਂ ਨੂੰ ਸਹੀ ਸਾਬਤ ਕਰਨ ਲਈ ਮੀਟਿੰਗਾਂ ਸੱਦਦੇ ਆ ਤਾਂ ਫਿਰ ਤੁਸੀਂ ਸਿੱਧਾ ਕਹਿ ਦਿਓ ਅਸੀਂ ਨਾਲ ਆ, ਅਸੀਂ ਇਹਨਾਂ ਸਾਡਾ ਕੋਆਰਡੀਨੇਸ਼ਨ ਹੋ ਚੁੱਕਾ ਆ, ਅਸੀਂ ਇੱਕ ਦੂਜੇ ਦੇ ਨਾਲ ਆ, ਤੁਸੀਂ ਜੋ ਕਰਨਾ ਕਰ ਲਓ। ਫਿਰ ਅਸੀਂ ਉੱਦਾਂ ਹੀ ਆ, ਅਸੀਂ ਇਸੇ ਕਰਕੇ ਜੇ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਮੀਟਿੰਗ ਦਾ ਫਿਰ ਬਾਈਕਾਟ ਕਰਕੇ ਆ ਗਏ ਆ, ਅਤੇ ਉਦੋਂ ਤੱਕ ਕੋਈ ਮੀਟਿੰਗ ਦੇ ਵਿੱਚ ਹੁਣ ਹਿੱਸਾ ਨਹੀਂ ਲਵਾਂਗੇ, ਅਗਲੀ ਰਣਨੀਤੀ ਤਿਆਰ ਕਰਾਂਗੇ, ਜਲੰਧਰ ਦੀਆਂ ਸੜਕਾਂ ਹੁਣ ਜਾਮ ਕਰਾਂਗੇ, ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਹੁਣ ਜ਼ਿਲ੍ਹੇ ਦਾ ਪ੍ਰਸ਼ਾਸਨ ਹੋਊਗਾ ਫਿਰ ਇਹਦੇ ਪਿੱਛੇ। ਮੁਰਦਾਬਾਦ।